हां जी वेलकम ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਲੈ ਕੇ ਆਏ ਆਂ ਜੀ ਸਟਾਫ ਨਰਸ ਜੌਬ ਦੇ ਰਿਗਾਰਡਿੰਗ ਨਵਾਂ ਨੋਟੀਫਿਕੇਸ਼ਨ ਜੀ ਐਨ ਐਮ ਬੀ ਐਸ ਸੀ ਨਰਸਿੰਗ ਪੋਸਟ ਬੇਸਿਕ ਵਾਲੇ ਬੱਚੇ ਕਰ ਸਕਦੇ ਹਨ ਅਪਲਾਈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਕੈਂਡੀਡੇਟਸ ਨੂੰ ਰਿਕਵੈਸਟ ਹੈ ਕਿ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲੋ ਹਾਂ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਇਹ ਨੋਟੀਫਿਕੇਸ਼ਨ ਹੈ ਜੀ ਜਿਹੜਾ ਆਇਆ ਵਾ ਸਿਸਟਰ ਗ੍ਰੇਡ ਸੈਕੰਡ ਦੀਆਂ ਪੋਸਟਾਂ ਨੇ ਜੀ ਸਟਾਫ ਨਰਸ ਹੀ ਕਹਿੰਦੇ ਆ ਉਹਨਾਂ ਨੂੰ ਐਸੈਂਸ਼ੀਅਲ ਕੁਆਲਿਫਿਕੇਸ਼ਨ ਆ ਜੀ ਬੀਐਸਸੀ ਨਰਸਿੰਗ ਬੀਐਸਸੀ ਨਰਸਿੰਗ ਫਰੋਮ ਅਨ ਇੰਡੀਅਨ ਨਰਸਿੰਗ ਕਾਉਂਸਲ ਰਿਕੋਗਨਾਈਜ਼ਡ ਇੰਸਟੀਟਿਊਟ অর ਯੂਨੀਵਰਸਿਟੀ ਠੀਕ ਆ ਜੀ ਉਸ ਤੋਂ ਬਾਅਦ ਬੀਐਸਸੀ ਪੋਸਟ ਬੇਸਿਕ ਵਾਲੇ ਡਿਪਲੋਮਾ ਇਨ ਜਨਰਲ ਤੇ ਰਜਿਸਟਰਡ ਹੋਣੇ ਚਾਹੀਦੇ ਹੋ ਤੁਸੀਂ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਐਂਡ ਦੇ ਵਿੱਚ ਮੰਗਿਆ 2 ਸਾਲ ਦਾ ਐਕਸਪੀਰੀਅੰਸ ਮੰਗਿਆ ਮਿਨਿਮਮ ਸੋ ਇਹ ਐਕਸਪੀਰੀਅੰਸ ਤੁਹਾਡੇ ਕੋਲ ਹੋਣਾ ਚਾਹੀਦਾ ਵਾ ਸੋ ਇਹਦੀਆਂ ਪੋਸਟਾਂ ਕਿੰਨੀਆਂ ਐ ਵੀ ਤੁਹਾਨੂੰ ਇਸ ਤੋਂ ਇਲਾਵਾ ਵੈਕੈਂਸੀ ਐ ਸੈਕੰਡ ਨੰਬਰ ਟੈਕਨੀਸ਼ੀਅਨਸ ਦੀ ਰੇਡੀਓਲੋਜੀ ਠੀਕ ਹੈ ਜੀ ਉਸ ਤੋਂ ਬਾਅਦ ਟੈਕਨੀਸ਼ੀਅਨ ਰੇਡੀਓਗ੍ਰਾਫੀ ਠੀਕ ਹੈ ਜੀ ਇਹਦੇ ਲਈ ਆਪਦੀ ਆਪਦੀ ਜਿਹੜੇ ਡਿਪਲੋਮਾ ਕੋਸੀ ਕੀਤਾ ਹੋਣਾ ਚਾਹੀਦਾ ਉਸੇ ਫੀਲਡ ਨਾਲ ਰਿਲੇਟਡ ਤੇ 1 ਇਅਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜਿੱਦਾਂ ਟੈਕਨੀਸ਼ੀਅਨ ਰੇਡੀਓਲੋਜੀ ਲਈ ਪਲੱਸ 2 ਵਿਦ ਸਾਇੰਸ ਸਬਜੈਕਟ অর ਇਕੁਇਵਲੈਂਟ ਫਰੋਮ ਦ ਰਿਕੋਗਨਿਜ਼ ਯੂਨੀਵਰਸਿਟੀ ਡਿਪਲੋਮਾ 2 ਇਅਰ ਕੋ ਗ੍ਰਾਫੀ ਠੀਕ ਆ ਜੀ ਇਸੇ ਤਰ੍ਹਾਂ ਦੂਸਰੇ ਲਈ ਵੀ ਡਿਪਲੋਮਾ ਚਾਹੀਦਾ ਤੇ ਮੈਡੀਕਲ ਲੈਬ ਟੈਕਨੋਲੋਜਿਸਟ ਆ ਉਸ ਤੋਂ ਇਲਾਵਾ ਅੱਗੇ ਪੋਸਟ ਆ ਜੀ ਠੀਕ ਆ ਤੇ ਇਹਦੇ ਲਈ ਬੈਚਲਰ ਡਿਗਰੀ ਇਨ ਮੈਡੀਕਲ ਲੈਬਰੇਟਰੀ ਟੈਕਨੋਲੋਜੀ ਮੈਡੀਕਲ ਲੈਬਰੇਟਰੀ ਸਾਇੰਸ ਫ্রম ਅ ਗਵਰਨਮੈਂਟ ਰਿਕੋਗਨਿਜ਼ ਯੂਨੀਵਰਸਿਟੀ ਇੰਸਟੀਚਿਊਟ 2 ਇਅਰ ਰਿਲੇਵੈਂਟ ਐਕਸਪੀਰੀਅੰਸ ਠੀਕ ਆ ਜੀ ਜੂਨੀਅਰ ਮੈਡੀਕਲ ਲੈਬ ਟੈਕਨੋਲੋਜੀਸਟ ਪਲੱਸ 2 ਵਿਦ ਸਾਇੰਸ ਸਬਜੈਕਟਸ ਕੈਮਿਸਟਰੀ ਐਂਡ ਬਾਇਓਲੋਜੀ ਐਂਡ 2 ਇਅਰ ਰੈਗੂਲਰ ਡਿਪਲੋਮਾ ਇਨ ਮੈਡੀਕਲ ਲੈਬੋਰਟਰੀ ਟੈਕਨੋਲੋਜੀ ਠੀਕ ਹੈ ਜੀ ਸੋ ਇਹ ਪੋਸਟਾਂ ਨੇ ਜੀ ਇਹਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ ਆਨਲਾਈਨ ਅਪਲਾਈ ਕਰਨ ਦੀ ਵੈਬਸਾਈਟ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆਹ ਦੇਖੋ 15 ਮਾਰਚ 15 ਮਾਰਚ ਲਾਸਟ ਡੇਟ ਆ ਜੀ 15 ਮਾਰਚ ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ www.sgpgiims.org.in ਤੇ ਇੱਕ ਹੋਰ ਸਾਈਟ ਆ ਜੀ www.sgpi.ac.in ਸੋ ਇਹਨਾਂ ਦੋਹਾਂ ਸਾਈਟਾਂ ਨੂੰ ਤੁਸੀਂ ਨੋਟ ਕਰ ਲੈਣਾ ਹੋਵੇਗਾ ਇਹਨਾਂ ਤੇ ਵਿਜ਼ਿਟ ਕਰਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਆ ਜੀ ਗਰੁੱਪ B ਤੇ C ਦੀਆਂ ਜਿਹੜੀਆਂ ਪੋਸਟਾਂ ਉਹਨਾਂ ਦੀ ਜਿਹੜੀ ਫੀਸ ਆ ਜਨਰਲ ਦੀ 1000 ਆ ਤੇ ਰਿਜ਼ਰਵ ਕੈਂਡੀਡੇਟ ਦੀ 600 ਆ ਠੀਕ ਆ ਗਰੁੱਪ ਡੀ ਦੀਆਂ ਪੋਸਟਾਂ ਜਿਹੜੀਆਂ ਉਹਨਾਂ ਦੀ 500 ਤੇ 300 ਆ ਠੀਕ ਆ ਜੀ ਹੁਣ ਆਪਾਂ ਗੱਲ ਕਰ ਲੈਨੇ ਆ ਗਰੁੱਪ ਏ ਅਤੇ ਗਰੁੱਪ ਬੀ ਦੀ ਆ ਦੇਖੋ ਇੱਥੇ ਨੋਟੀਫਿਕੇਸ਼ਨ ਦੇ ਨਾਲ ਹੀ ਸਾਰਾ ਇਹਨਾਂ ਨੇ ਦਿੱਤਾ ਹੋਇਆ ਆ ਦੇਖੋ ਗਰੁੱਪ ਬੀ ਦੀਆਂ ਪੋਸਟਾਂ ਜਿੱਦਾਂ ਸਿਸਟਰ ਗ੍ਰੇਡ ਆ ਠੀਕ ਆ ਬਾਕੀ ਸੀ ਦੀਆਂ ਪੋਸਟਾਂ ਨੇ ਠੀਕ ਆ ਜੀ ਸੋ ਇਸ ਦੀ ਪੀਡੀਐਫ ਵੀ ਮੈਂ ਪ੍ਰੋਵਾਈਡ ਕਰਵਾ ਦੂੰ ਤੁਹਾਨੂੰ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾ ਕੇ ਮੇਰੇ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਨੂੰ ਜੁਆਇਨ ਕਰ ਲਿਓ ਉਸ ਦੇ ਵਿੱਚ ਤੁਹਾਨੂੰ ਇਸ ਦੀ ਜੌਬ ਦੀ ਪੀਡੀਐਫ ਵੀ ਮਿਲ ਜਾਵੇਗੀ ਸੋ ਆਰਾਮ ਨਾਲ ਆਪਦੇ ਫੋਨ ਤੇ ਡਾਊਨਲੋਡ ਕਰਕੇ ਤੁਸੀਂ ਰੀਡ ਕਰ ਸਕਦੇ ਹੋ ਸਾਰੀਆਂ ਇਨਸਟਰਕਸ਼ਨਸ ਜੇ ਮੈਂ ਸਾਰੀ ਡਿਟੇਲ ਦੇਣ ਲੱਗਿਆ ਤਾਂ ਵੀਡੀਓ ਕਾਫੀ ਲੰਬੀ ਹੋ ਜਾਵੇਗੀ ਠੀਕ ਹੈ ਜੀ ਸੋ ਇਹ ਪੋਸਟਾਂ ਨੇ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਨੋਟੀਫਿਕੇਸ਼ਨ ਆ ਇਹ ਕੱਢਿਆ ਆ ਦੇਖੋ ਇੱਥੇ ਸਾਰਿਆਂ ਦੀ ਫੀਸ ਦਿੱਤੀ ਹੋਈ ਹੈ ਠੀਕ ਹੈ ਜੀ ਆ ਦੇਖੋ ਜਿਹੜੀਆਂ ਆਨਲਾਈਨ ਐਪਲੀਕੇਸ਼ਨ ਫੀਸ 1000 ਆ ਜੀਐਸਟੀ ਵੀ ਇਨਕਲੂਡ ਕਰਕੇ ਇਹਨਾਂ ਨੇ ਦੱਸਿਆ ਹੋਇਆ ਠੀਕ ਹੈ ਜੀ ਸੋ ਸਾਰੀ ਡਿਟੇਲ ਦਿੱਤੀ ਹੋਈ ਆ ਸੋ ਇਸ ਦੇ ਨਾਲ ਜਿਹੜੀਆਂ ਪੋਸਟਾਂ ਨੇ ਪੋਸਟਾਂ ਦੀ ਵੀ ਕੈਟਾਗਰੀ ਵਾਈਜ਼ ਇਹਨਾਂ ਨੇ ਆ ਦੇਖੋ ਟੇਬਲ ਦਿੱਤਾ ਹੋਇਆ ਵਾ ਠੀਕ ਹੈ ਜੀ ਸੋ ਪੂਰੀ ਕੱਲੀ ਕੱਲੀ ਡਿਟੇਲ ਦਿੱਤੀ ਆ ਹੁਣੇ ਗੱਲ ਕਰਦੇ ਆ ਨੋਟੀਫਿਕੇਸ਼ਨ ਇਹ ਨੋਟੀਫਿਕੇਸ਼ਨ ਕੱਢਿਆ ਗਿਆ ਜੀ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਰਾਇ ਬਰੇਲੀ ਰੋਡ ਲਖਨਊ ਯੂਪੀ ਇੰਡੀਆ ਵੱਲੋਂ ਠੀਕ ਹੈ ਜੀ ਸੋ ਗਵਰਨਮੈਂਟ ਵੈਕੈਂਸੀ ਆ ਗਵਰਨਮੈਂਟ ਜੌਬ ਆ ਸੋ ਬਹੁਤ ਹੀ ਵਧੀਆ ਜੌਬਾਂ ਰਹਿਣ ਵਾਲੀਆਂ ਨੇ ਅਪਲਾਈ ਜ਼ਰੂਰ ਕਰੋ ਐਲੀਜੀਬਲ ਕੈਂਡੀਡੇਟ ਸਪੈਸ਼ਲੀ ਲਖਨਊ ਦੇ ਨੇੜੇ ਤੇ ਜਿਹੜੇ ਉੱਤਰ ਪ੍ਰਦੇਸ਼ ਸਟੇਟ ਵਾਲਿਆਂ ਲਈ ਇਹ 골ਡਨ ਓਪਰਚ ਸੋ ਆਲ ਇੰਡੀਆ ਦੀ ਵੈਕੈਂਸੀ ਹੈ ਜੀ ਕੋਈ ਵੀ ਅਪਲਾਈ ਕਰ ਸਕਦਾ ਵਾ ਸੋ ਉਮੀਦ ਆ ਤੁਹਾਨੂੰ ਇਨਫੋਰਮੇਸ਼ਨ ਪਸੰਦ ਆਈ ਹੋਵੇਗੀ ਜੁੜੇ ਰਹੋ ਚੈਨਲ ਦੇ ਨਾਲ ਨਵੀਆਂ ਨਵੀਆਂ ਇਨਫੋਰਮੇਸ਼ਨ ਤੇ ਨਵੀਆਂ ਨਵੀਆਂ ਅਪਡੇਟ ਪ੍ਰਾਪਤ ਕਰਨ ਲਈ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਜਿਨ੍ਹਾਂ ਨੇ ਹਾਲੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਾ ਬਲੈਂਡ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਨਵੀਂ ਇਨਫੋਰਮੇਸ਼ਨ ਲੈ ਕੇ